ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਆਮ ਹੀ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਖਾਦਾਂ ਨੂੰ ਮਿਕਸ ਕਰਕੇ ਪਾਉਣਾ ਕਿਉਂਕਿ ਆਪਾਂ ਝੋਨੇ ਦੀ ਫਸਲ ਕਿਉਂਕਿ ਹੁਣ ਜਿਹੜਾ ਸੋਨੀ ਰੈਸੀਜਨ ਚੱਲ ਰਿਹਾ ਝੋਨੇ ਦੀ ਲਵਾਈ ਹੋ ਰਹੀ ਹੈ ਤੇ ਖਾਦਾਂ ਪਾਉਣ ਸਮੇਂ ਆਪਣਾ ਜਿਹੜਾ ਹੈਗਾ ਧਿਆਨ ਹੁੰਦਾ ਕਿ ਆਪਾਂ ਜੇ ਇੱਕ ਸਮੇਂ ਤੇ ਦੋ ਜਾਂ ਤਿੰਨ ਖਾਦਾਂ ਪਾਉਣੀਆਂ ਤਾਂ ਸਾਰੀਆਂ ਮਿਕਸ ਕਰਕੇ ਜਿਹੜੀਆਂ ਹੈ ਇਕੱਠੀਆਂ ਪਾ ਦਈਏ ਤਾਂ ਕਿ ਆਪਾਂ ਨੂੰ ਵਾਰ-ਵਾਰ ਜਿਹੜੀਆਂ ਖਾਦਾਂ ਨਾ ਪਾਉਣੀਆਂ ਪੈਣ ਪਰ ਕੁਝ ਖਾਦਾਂ ਨੇ ਜਿਹੜੀਆਂ ਆਪਾਂ ਮਿਕਸ ਕਰਕੇ ਨਹੀਂ ਪਾ ਸਕਦੇ ਚਾਹੇ ਉਹ ਫਿਜ਼ੀਕਲੀ ਇੱਕ ਦੂਜੇ ਨਾਲ ਮਿਕਸ ਨਹੀਂ ਹੋ ਸਕਦੇ ਜਾਂ ਕੈਮੀਕਲੀ ਉਹਨਾਂ 'ਚ ਰਿਐਕਸ਼ਨ ਹੁੰਦੀ ਆ ਸੋ ਉਹਨਾਂ ਨੂੰ ਆਪਾਂ ਮਿਕਸ ਕਰਕੇ ਨਹੀਂ ਪਾਉਣਾ ਵੱਖ-ਵੱਖ ਜਿਹਾ ਆਪਾਂ ਖਾਦਾਂ ਪਾਵਾਂਗੇ ਤਾਂ ਉਹਦਾ ਵਧੀਆ ਰਿਜ਼ਲਟ ਲੈ ਸਕਦੇ ਆ ਕੁਝ ਖਾਦਾਂ ਇਹੋ ਜਿਹੀਆਂ ਜਿਨ੍ਹਾਂ ਆਪਾਂ ਮਿਕਸ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਰੱਖ ਨਹੀਂ ਸਕਦੇ ਜ਼ਿਆਦਾ ਸਮਾਂ ਪਰ ਜਿਹੜਾ ਹੈਗਾ ਮਿਕਸ ਕਰਕੇ ਉਹਨਾਂ ਨੂੰ ਪਾ ਸਕਦੇ ਆ ਉਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਬੈਲ ਬਟਨ ਦਬ ਕੇ ਜਿਹੜਾ ਹੈਗਾ ਤੁਸੀਂ ਨੋਟੀਫਿਕੇਸ਼ਨ ਜਿਹੜੀ ਹੈਗੀ ਹੈ ਜਦੋਂ ਵੀ ਆਪਾਂ ਵੀਡੀਓ ਅਪਲੋਡ ਕਰਦੇ ਹਾਂ ਤੁਹਾਨੂੰ ਤੁਰੰਤ ਮਿਲ ਜਾਵੇਗੀ ਸੋ ਆਪਾਂ ਖਾਦਾਂ ਦੇ ਵਿੱਚ ਜੇ ਆਪਾਂ ਕਿਸਾਨ ਵੀਰੋਂ ਗੱਲ ਕਰੀਏ ਕਿ ਕਿਹੜੀਆਂ-ਕਿਹੜੀਆਂ ਖਾਦਾਂ ਨੂੰ ਆਪਾਂ ਮਿਕਸ ਕਰ ਸਕਦੇ ਹਾਂ ਤਾਂ ਉਹਦੇ ਵਿੱਚ ਆਪਾਂ ਜੇ ਗੱਲ ਕਰੀਏ ਸਭ ਤੋਂ ਪਹਿਲਾਂ ਆਪਾਂ ਯੂਰੀਆ ਕਿਉਂਕਿ ਯੂਰੀਆ ਪਾਉਣੀ ਹੁੰਦੀ ਹੈ ਯੂਰੀਆ ਦੇ ਨਾਲ ਆਪਾਂ ਪੋਟਾਸ਼ ਨੂੰ ਮਿਕਸ ਕਰ ਸਕਦੇ ਐ ਐਮਓਪੀ ਨੂੰ ਮਿਰਟਾ ਪੋਟਾਸ਼ ਨੂੰ ਯੂਰੀਆ ਦੇ ਨਾਲ ਆਪਾਂ ਡੀਪੀ ਨੂੰ ਮਿਕਸ ਕਰ ਸਕਦੇ ਆ ਯੂਰੀਆ ਦੇ ਨਾਲ ਆਪਾਂ ਜਿਹੜਾ ਹੈਗਾ ਰੌਕ ਫਾਸਫੇਟ ਕਿਉਂਕਿ ਰੌਕ ਫਾਸਫੇਟ ਜ਼ਿਆਦਾਤਰ ਕਿਸਾਨ ਵੀ ਵਰਤਦੇ ਨਹੀਂਗੇ ਸੋ ਪਰ ਉਹ ਮਿਕਸ ਕਰਕੇ ਆਪਾਂ ਪਾ ਸਕਦੇ ਆ ਯੂਰੀਆ ਦੇ ਨਾਲ ਆਪਾਂ ਸਿੰਗਲ ਸੁਪਰ ਫਾਸਫੇਟ ਹੈ ਜਿਹੜਾ ਸੁਪਰ ਹੈ ਉਹਨੂੰ ਮਿਲਾ ਕੇ ਜਾਂ ਟ੍ਰਿਪਲ ਸੁਪਰ ਫਾਸਫੇਟ ਨੂੰ ਮਿਲਾ ਕੇ ਨਹੀਂ ਪਾਉਣਾ ਕਿਉਂਕਿ ਜੇ ਆਪਾਂ ਮਿਲਾਵਾਂਗੇ ਤਾਂ ਇਹ ਜਿਹੜਾ ਬਹੁਤ ਜਲਦੀ ਮੋਇਸਚਰ ਅਬਜ਼ੌਰਬ ਕਰ ਜਾਂਦੀ ਹੈ ਇਹਦੇ ਵਿੱਚ ਹੀਟ ਬਣ ਸਕਦੀ ਹੈ ਜਿਹਦੇ ਨਾਲ ਜਿਹੜਾ ਹੈਗਾ ਨਿਊਟਰੀਐਂਟਸ ਦਾ ਲਾਸ ਹੋ ਸਕਦਾ ਜਾਂ ਆਪਾਂ ਨੂੰ ਪਾਉਣ ਦੇ ਵਿੱਚ ਸਮੱਸਿਆ ਆ ਸਕਦੀ ਹੈ ਸੋ ਯੂਰੀਆ ਦੇ ਨਾਲ ਸਿੰਗਲ ਸੁਪਰ ਫਾਸਫੇਟ ਤੇ ਟ੍ਰਿਪਲ ਸੁਪਰ ਫਾਸਫੇਟ ਨੂੰ ਆਪਾਂ ਮਿਕਸ ਨਹੀਂ ਕਰ ਸਕਦੇ ਹਾਂ ਯਾ ਯੂਰੀਆ ਦੇ ਨਾਲ ਜੇ ਤੁਸੀਂ ਡੀਏਪੀ ਮਿਕਸ ਕਰਕੇ ਪਾਉਣੀ ਹੈ ਤਾਂ ਉਹ ਪਾ ਸਕਦੇ ਹੋ ਵੈਸੇ ਚੋਨੇ ਦੇ ਵਿੱਚ ਆਪਾਂ ਨੂੰ ਡੀਏਪੀ ਪਾਉਣ ਦੀ ਜ਼ਰੂਰਤ ਨਹੀਂ ਹ ਅਮੋਨੀਅਮ ਸਲਫੇਟ ਕੋਈ ਕਿਸਾਨ ਵੀਰ ਵਰਤਦੇ ਆ ਅਮੋਨੀਕਲ ਜਿਹੜੀ ਹੈਗੀ ਹੈ ਨਾਈਟ੍ਰੋਜਨ ਖਾਦ ਹੈ ਅਮੋਨੀਕਲ ਫਾਰਮ ਦੇ ਵਿੱਚ ਹੁੰਦੀ ਹੈ ਅਮੋਨੀਅਮ ਸਲਫੇਟ ਨੂੰ ਯੂਰੀਆ ਨਾਲ ਤੁਸੀਂ ਪਾ ਸਕਦੇ ਹੋ ਮਿਕਸ ਕਰ ਸਕਦੇ ਹੋ ਪਰ ਇਹਨੂੰ ਤੁਰੰਤ ਆਪਾਂ ਨੂੰ ਪਾਉਣਾ ਪੈਗਾ ਯੂਰੀਆ ਨੂੰ ਤੁਸੀਂ ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ ਦੇ ਨਾਲ ਵੀ ਮਿਕਸ ਕਰ ਸਕਦੇ ਆ ਜਿਹੜੀ ਸਿੰਗਲ ਸੁਪਰ ਫਾਸਫੇਟ ਆ ਸੁਪਰ ਹੈ ਤੇ ਪਟਾਸ਼ ਹੈ ਉਹਨੂੰ ਆਪਾਂ ਮਿਕਸ ਕਰਕੇ ਪਾ ਸਕਦੇ ਆ ਉਹਦੇ ਵਿੱਚ ਕੋਈ ਸਮੱਸਿਆ ਨਹੀਂ ਹੈ ਜੇ ਤੁਸੀਂ ਸੁਪਰ ਦੇ ਨਾਲ ਕੋਈ ਕੁਝ ਕਿਸਾਨ ਵੀ ਕਹਿੰਦੇ ਹੁੰਦੇ ਕਿ ਸੁਪਰ ਦੇ ਨਾਲ ਆਪਾਂ ਜਿਹੜੀ ਡੀਏਪੀ ਅੱਧੀ-ਅੱਧੀ ਪਾਉਂਦੇ ਅੱਧੀ ਸੁਪਰ ਤੇ ਅੱਧੀ ਡੀਏਪੀ ਉਹਨੂੰ ਤੁਸੀਂ ਮਿਲਾ ਕੇ ਤੇ ਜਿਆਦਾ ਸਮਾਂ ਨਹੀਂ ਰੱਖਣਾ ਉਹਨੂੰ ਤੁਰੰਤ ਆਪਾਂ ਜਿਹੜਾ ਖੇਤ ਦੇ ਵਿੱਚ ਪਾ ਦੇਣਾ ਐਨੀਵੇਂ ਉਹਨੂੰ ਘੰਟਿਆਂ ਮੱਧ ਦੇ ਜਿਹੜੀ ਖਾਦ ਆ ਉਹ ਮਿਕਸ ਕਰਕੇ ਪਈ ਰਵੇ ਤੇ ਆਪਾਂ ਨੂੰ ਵਰਤਗੇ ਹੀ ਨਾ ਫੇਰ ਉਹਦੇ ਵਿੱਚ ਜਿਹੜੀ ਹੈਗੀ ਸਮੱਸਿਆ ਆਊਗੀ ਤੇ ਜੇ ਤੁਸੀਂ ਪोटाश ਦੇ ਨਾਲ ਡੀਏਪੀ ਨੂੰ ਮਿਕਸ ਕਰਨਾ ਉਹ ਵੀ ਕਰ ਸਕਦੇ ਹੋ ਪਟ ਜਿਹੜੀ ਜ਼ਿੰਕ ਸਲਫੇਟ ਕੋਈ ਕਿਸਾਨ ਨੂੰ ਪੁੱਛਦੇ ਹੁੰਦੇ ਜ਼ਿੰਕ ਸਲਫੇਟ ਨੂੰ ਕਿਸਾਨ ਵੀਰੋ ਨਾ ਤਾਂ ਆਪਾਂ ਸਿੰਗਲ ਸੁਪਰ ਫਾਸਫੇਟ ਨਾਲ ਨਾਲ ਡੀਏਪ ਨਾਲ ਜਿਹੜੀ ਫਾਸਫੇਟ ਨੂੰ ਸਲਫੇਟ ਨਾਲ ਕਦੇ ਵੀ ਮਿਕਸ ਕਰਕੇ ਆਪਾਂ ਨਹੀਂ ਪਾਉਣਾ ਤੇ ਨਾ ਹੀ ਆਪਾਂ ਜ਼ਿੰਕ ਸਲਫੇਟ ਫੈਰਸ ਸਲਫੇਟ ਮੈਗਨੀਸ਼ੀਅਮ ਸਲਫੇਟ ਇਹਨਾਂ ਨੂੰ ਡੀਏਪ ਜਾਂ ਸੁਪਰ ਦੇ ਨਾਲ ਮਿਲਾ ਕੇ ਇਹਨਾਂ ਦੀਆਂ ਸਪਰੇਇਆਂ ਵੀ ਨਹੀਂ ਕਰ ਸਕਦੇ ਹਾਂ ਜੇ ਤੁਸੀਂ ਜਿਵੇਂ ਆਪਾਂ ਜਿਹੜੀ ਹੈਗੀ ਹੈ ਜ਼ਿੰਕ ਸਲਫੇਟ 21% ਹੈ ਜਾਂ ਫੈਰ ਸਲਫੇਟ 19% ਹੈ ਇਹਦੇ ਵਿੱਚ ਆਪਾਂ ਜਦੋਂ ਅੱਗੇ ਜਾ ਕੇ ਸਪਰੇਆ ਕਰਾਉਣੇ ਉਹਦੇ ਨਾਲ ਯੂਰੀਆ ਮਿਕਸ ਕਰਾਉਣੇ ਹੁੰਨੇ ਕਿਲੋ ਡੇਡ ਕਿਲੋ ਏਕੜ ਮਗਰ ਉਹ ਆਪਾਂ ਕਰ ਸਕਦੇ ਹਾਂ ਉਹਦਾ ਬਹੁਤ ਵਧੀਆ ਰਿਜ਼ਲਟ ਮਿਲਦਾ ਯੂਰੀਆ ਨੂੰ ਮਿਕਸ ਕਰਕੇ ਪਾ ਸਕਦੇ ਆਂ ਵੱਡੀ ਐਪੀ ਆਪਾਂ ਮਿਕਸ ਨਹੀਂ ਕਰ ਸਕਦੇ ਹਾਂ ਜੇ ਚਿਲੇਟਡ ਫਾਰਮ ਦੇ ਵਿੱਚ ਜਿਹੜੀ ਤੁਸੀਂ ਸਪਰੇਅ ਵਰਤਦੇ ਆਂ ਫੈਰ ਸਲਫੇਟ ਹੈ ਜਿਹੜੀ ਜ਼ਿੰਕ ਸਲਫੇਟ ਆ ਉਹਨੂੰ ਤੁਸੀਂ ਜਿਹੜਾ ਹੈਗਾ ਕਿਸੇ ਵੀ ਖਾਦ ਨਾਲ ਉਲੀਨਾਸ਼ਕ ਨਾਲ ਕੀਟਨਾਸ਼ਕ ਨਾਲ ਉਹਨੂੰ ਮਿਕਸ ਕਰਕੇ ਪਾ ਸਕਦੇ ਆਂ ਉਹਨਾਂ ਦੀ ਕੰਪੈਟੀਬਿਲਟੀ ਹੁੰਦੀ ਹੈ ਜਿਹੜੇ ਐਨਪੀਕੇ ਖਾਸ ਤੌਰ ਤੇ ਜਿਹੜਾ ਪੋਟਾਸ਼ੀਅਮ ਨਾਈਟ੍ਰੇਟ ਤੁਹਾਨੂੰ ਅੱਗੇ ਜਾ ਕੇ ਸਪਰੇਅ ਕਰਾਈਦਾ ਐ 13045 ਉਹਨੂੰ ਉਹਦੇ ਵਿੱਚ ਵੈਸੇ ਤਾਂ ਨਾਈਟ੍ਰੇਟ ਨਾਈਟ੍ਰੋਜਨ ਹੁੰਦੀ ਹੈ ਪਰ ਉਹ ਕੰਪੈਟੀਬਲ ਹੈਗਾ ਕਿ ਉਹਨੂੰ ਆਪਾਂ ਜਿਹੜਾ ਹੈਗਾ ਯੂਰੀਆ ਦੇ ਨਾਲ ਕੰਪੈਟੀਬਲ ਹੈ ਫਰਟੀਗੇਸ਼ਨ ਵਾਸਤੇ ਕਈ ਜਗ੍ਹਾ ਤੇ ਉੱਤੇ ਵਰਤਦੇ ਨੇ ਬਾਗਾਂ ਦੇ ਵਿੱਚ ਉਹ ਜਿਹੜਾ ਕੰਪੈਟੀਬਲ ਹੈਗਾ ਉਹਦੇ ਵਾਸਤੇ ਕੋਈ ਸਮੱਸਿਆ ਨਹੀਂ ਹੈ ਸੋ ਇਹ ਖਾਦਾਂ ਨੇ ਜਿਹੜੀ ਜ਼ਿੰਕ ਸਲਫੇਟ ਨੂੰ ਯੂਰੀਆ ਨਾਲ ਕਈ ਕਿਸਾਨ ਵੀਰ ਪੁੱਛਦੇ ਹੁੰਦੇ ਆ ਜ਼ਿੰਕ ਸਲਫੇਟ ਤੇ ਯੂਰੀਆ ਨੂੰ ਵੀ ਜੇ ਆਪਾਂ ਮਿਕਸ ਕਰਾਂਗੇ ਤਾਂ ਇਹ ਮੌਇਸਚਰ ਬਹੁਤ ਜਲਦੀ ਅਬਜ਼ੌਰਬ ਕਰਨੀ ਆ ਕਿਸਾਨ ਵੀਰੋ ਜ਼ਿੰਕ ਸਲਫੇਟ 21% ਖਾਸ ਤੌਰ ਤੇ ਕਿਉਂਕਿ ਉਹਦੇ ਵਿੱਚ ਜਿਹੜੀ ਹੈਗੀ ਉਹ ਹੈਪਟਾ ਹਾਈਡਰੇਟ ਆ 7 ਅਣੂ ਪਾਣੀ ਦੇ ਹੁੰਦੇ ਆ ਇੱਕ ਜਿਹੜੀ ਹੈਗੀ ਐ ਜ਼ਿੰਕ ਸਲਫੇਟ ਦੇ ਜਿਹੜਾ ਕਣ ਦੇ ਵਿੱਚ ਤਾਂ ਇਹਦੇ ਕਰਕੇ ਜਿਹੜਾ ਜ਼ਿੰਕ ਸਲਫੇਟ ਨੂੰ ਆਪਾਂ ਯੂਰੀਆ ਦੇ ਨਾਲ ਵੀ ਮਿਕਸ ਕਰਕੇ ਨਹੀਂ ਪਾਉਣਾ ਪਟਾਸ਼ ਨਾ ਤੁਸੀਂ ਮਿਕਸ ਕਰਕੇ ਪਾਉਣਾ ਤਾਂ ਉਹਨੂੰ ਜਿਹੜਾ ਤਰੰਤ ਆਪਾਂ ਖੇਤ ਦੇ ਵਿੱਚ ਮਿਕਸ ਕਰਕੇ ਤਰੰਤ ਛੱਟਾ ਦੇ ਦੇਣਾ ਉਹਨੂੰ ਜਿਆਦਾ ਸਮਾਂ ਨਹੀਂ ਰੱਖਣਾ ਸੋ ਜ਼ਿੰਕ ਸਲਫੇਟ ਦੇ ਵਧੀਆ ਰਿਜ਼ਲਟ ਲੈਣੇ ਤਾਂ ਉਹਨੂੰ ਆਪਾਂ ਮਿੱਟੀ ਦੇ ਵਿੱਚ ਰੇਤਾਂ ਦੇ ਵਿੱਚ ਰਲਾ ਕੇ ਹੀ ਜਿਹੜਾ ਪਾ ਸਕਦੇ ਹਾਂ ਕੁਝ ਕਿਸਾਨ ਵੀਰ ਪੁੱਛਦੇ ਆ ਕਿ ਜਿਹੜੇ ਹੈਗੇ ਆਹਾ ਵੀਡੀ ਸਾਈਡ ਨੇ ਨਦੀਨ ਨਾਸ਼ਕਾ ਨੂੰ ਸੁਪਰਨਾ ਮਿਕਸ ਕਰਕੇ ਪਾਉਣ ਬਾਰੇ ਜਾਂ ਹੋਰ ਖਾਦਾਂ ਨੂੰ ਮਿਕਸ ਕਰਕੇ ਪਾਉਣ ਬਾਰੇ ਪੁੱਛਦੇ ਕਿਸਾਨ ਵੀਰੋ ਜਿਹੜੇ ਵੀਡੀ ਸਾਈਡ ਵੀ ਤੁਸੀਂ ਝੋਨੇ ਦੀ ਲਵਾਈ ਤੋਂ 2-3 ਦਿਨ ਦੇ ਅੰਦਰ ਪਾਉਣੇ ਮੈਂ ਵੀਡੀਓ ਇਹਦੇ ਬਾਰੇ ਪਹਿਲਾਂ ਪਾਈ ਹੋਈ ਆ ਉਹਨੂੰ ਰੇਤਾ ਜਮਟਰ ਲਾ ਕੇ ਛਿੱਟਾ ਲਾਉਗੇ ਤਾਂ ਇੱਕ ਸਾਰ ਛੱਟਾ ਆਊਗਾ ਕੁਝ ਕਿਸਾਨ ਵੀਰ ਡਰੱਮੀ ਦੇ ਵਿੱਚ ਪਾ ਕੇ ਉਹਦਾ ਜਿਹੜਾ ਹੈਗਾ ਪਾਉਂਦੇ ਆ ਕੁਝ ਕਿਸਾਨ ਵੀਰ ਹੈ ਜਿਹੜੇ ਉਹ ਬੋਤਲ ਦੇ ਵਿੱਚ ਸਿੱਧੀ ਜਿਹੜੀ ਉਹਦੀ ਪੈਕਿੰਗ ਹੁੰਦੀ ਬੋਟਲ ਹੁੰਦੀ ਉਹਦੇ ਵਿੱਚ ਜਿਹੜੀ ਕਿ ਥੋੜਾ ਜਿਹਾ ਸਰਾਖ ਕਰਕੇ ਤੇ ਉਹਦਾ ਛੱਟਾ ਦਿੰਦੇ ਫਿਰਦੇ ਹੁੰਦੇ ਆ ਆਪਣਾ ਮੇਨ ਮਕਸਦ ਹੈ ਇੱਕ ਸਾਰ ਖੇਤ ਦੇ ਵਿੱਚ ਜਿਹੜਾ ਹੈਗਾ ਨਦੀਨ ਨਾਸ਼ਕ ਉਹ ਪਏ ਪਵੇ ਤਾਂ ਕਿ ਜਿਹੜਾ ਹੈਗਾ ਫੇਰ ਹੀ ਉਹਦਾ ਰਿਜ਼ਲਟ ਸਹੀ ਮਿਲੂਗਾ ਠੀਕ ਆ ਪਾਣੀ ਦੇ ਉੱਤੇ ਉਹ ਫੈਲਦੇ ਹੈਗੇ ਆ ਪਰ ਉਹਦਾ ਰਿਜ਼ਲਟ ਸਹੀ ਰੇਤਾ ਦੇ ਵਿੱਚ ਰਲਾ ਕੇ ਹੀ ਮਿਲਦਾ ਹੋਰ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ